ਆਓ ਤੁਹਾਨੂੰ ਪੀਰ ਵਖਾਵਾਂ, ਪੀਰ ਮੇਰੇ ਦੀਆਂ ਧੁੰਮਾਂ ਜੱਗ ਵਿੱਚ ਪਈਆਂ ਨੇ, ਉਹ ਹੱਕ ਦੀਆਂ ਕਿਰਨਾਂ ਲੈ ਦੇ ਚੜ੍ਹਦੇ ਗਈਆਂ ਨੇ। ਪੀਰ ਕਹਿੰਦੇ ਨੇ, ਮੈਂ ਪੂਰੀ ਕਾਇਨਾਤ ਦੇ ਸਾਰੇ ਲੋਕ ਇਕੱਠੇ ਕਰਕੇ ਆਪਣੇ ਮਹਿਬੂਬ ਤੇ ਪੀਰ ਦੇ ਨਾਲ ਲੈਣੇ ਪਾਕ ਤੋਂ ਨਿਕਲ ਵਾਲੀ ਦੂਰ ਦੇ ਕਰੋੜਵੇਂ ਜ਼ਰਰੇ ਤੋਂ ਕੁਰਬਾਨ ਕਰ ਦੇਵਾਂ। ਹੱਕ ਦਾ ਨਹੀਂ ਹੋ ਸਕਦਾ, ਹਯਾ ਵਾਲਾ ਪੀਰ, ਗੈਰਤ ਵਾਲਾ ਪੀਰ, ਸ਼ਰਮ ਵਾਲਾ ਪੀਰ, ਇੱਜ਼ਤ ਵਾਲਾ ਪੀਰ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਣ ਵਾਲਾ ਪੀਰ, ਲੋਕਾਂ ਦੀਆਂ ਬੇਟੀਆਂ ਨੂੰ ਆਪਣੀਆਂ ਬੇਟੀਆਂ ਸਮਝਣ ਵਾਲਾ ਪੀਰ, ਇਸ ਪੀਰ ਤੋਂ ਜੱਗ ਵਾਰਾਂ, ਇਸ ਪੀਰ ਤੋਂ ਆਣ ਵਾਰਾਂ, ਇਸ ਪੀਰ ਤੋਂ ਸ਼ਾਨ ਵਾਰਾਂ, ਇਸ ਪੀਰ ਤੋਂ ਤਨ ਫਿਦਾ, ਇਸ ਪੀਰ ਤੋਂ ਮਨ ਫਿਦਾ, ਇਸ ਪੀਰ ਤੋਂ ਦੁਨੀਆਂ ਦੀ ਸਾਰੀ ਦੌਲਤ ਕੁਰਬਾਨ ਕਰ ਦੇਵਾਂ। ਇਹਦੇ ਜਾਂ ਜੱਗ ਤੇ ਕੋ ਪੀਰ ਦੂਜਾ ਨਹੀਂ ਹੋ ਸਕਦਾ। ਇਹ ਹੈ ਪੀਰ। ਇਹ ਕਾਹਦੇ ਪੀਰ ਨੇ? ਲੋਕਾਂ ਨੂੰ ਜਨਾਬ, ਔਰਤਾਂ ਨੂੰ ਢੋਲ ਦੀ ਥਾਪ ਤੇ ਨਚਾਣ ਤੇ ਬਣਨ ਆਪਣੇ ਆਪ ਨੂੰ ਪੀਰ? ਨਾ ਬਾਈ, ਮੇਰੇ ਭਾਈ, ਇੰਦਿਆਂ ਕੋਲ ਜਾਨ ਛੁਡਵਾਓ, ਛੁਡਵਾਓ ਇੰਦਿਆਂ ਕੋਲ ਜਾਣ, ਇੰਦਿਆਂ ਦੀ ਛੁੱਟੀ ਕਰਵਾਓ। ਅੱਲਾ ਅੱਲਾ, ਪੀਰ ਮੇਰੇ ਦੀਆਂ ਧੁੰਮਾਂ ਜੱਗ ਵਿੱਚ ਪਈਆਂ ਨੇ, ਉਹ ਹੱਕ ਦੀਆਂ ਕਿਰਨਾਂ ਲੈ ਦੇ ਚੜ੍ਹਦੇ ਗਈਆਂ ਨੇ। ਉਹ ਜਿਹੜੇ ਮੇਰੇ ਨਬੀ ਦੇ ਨੇੜੇ ਆਏ ਨੇ, ਉਹ ਸੀਗੇ ਦਾ ਕੇ ਸੋਹਣੇ ਗੋਦ ਬਿਠਾਏ ਨੇ। ਹਾਂ, ਮੁਖੜਾ ਤੱਕ ਕੇ, ਮੁਖੜਾ ਤੱਕ ਕੇ ਕਲਮਾ ਫੜ ਲਿਆ ਕਈਆਂ ਨੇ। ਪੀਰ ਦੀਆਂ ਧੁੰਮਾਂ ਜੱਗ ਵਿੱਚ ਪਈਆਂ ਨੇ। ਅੱਲਾਹੁ ਅਕਬਰ, ਅੱਲਾ ਤਵੱਜੋ ਕਰਨਾ, ਖਦਰਾ ਤੇਜ਼ੀ ਵਕਾਰ ਗੌਰ ਕਰਦੇ ਜਾਣਾ। ਦਾਰਾਮ ਫਰਮਾਇਆ, ਕਾਇਨਾਤ ਦੇ ਲੋਗੋ, ਲਿਬਾਸ ਦਾ ਅਸਲ ਮਕਸਦ ਹੈ ਜਿਸਮ ਛੁਪਾਣਾ। ਯੁਵਾਰੀ ਸਹੂਆਤ ਕੌਮ, ਤੁਹਾਡਾ ਜਿਸਮ ਛੁਪ ਜਾਏ, ਤੁਹਾਡੇ ਜਿਸਮ ਦੀ ਅਦਾ ਛੁਪ ਜਾਣਾ। ਅੱਲਾਹੁ ਅਕਬਰ, ਅੱਲਾ ਮੈਂ ਕੁਰਬਾਨ ਜਾਵਾਂ। ਹੁਣ ਔਰਤਾਂ ਦੀਆਂ ਗੱਲਾਂ ਤੇ ਬੜੀਆਂ ਅਗਾ ਤੁਰ ਗਈਆਂ ਨੇ, ਬਹੁਤ ਅੱਗੇ ਚਲੀਆਂ ਗਈਆਂ ਨੇ। ਹੁਣ ਤੇ ਅੱਲਾ ਜਾਣਦਾ ਨੌਜਵਾਨ ਹੀ ਨਹੀਂ ਸੰਭਾਲੇ ਜਾਂਦੇ, ਇਹ ਨੌਜਵਾਨਾਂ ਦੇ ਕੱਪੜੇ ਵੇਖਣ ਵਾਲੇ ਹੁੰਦੇ ਨੇ। ਅੱਲਾਹੁ ਅਕਬਰ, ਅੱਲਾ ਅਜੀਬੋ ਗਰੀਬ ਕਿਸਮ ਦੇ ਕੱਪੜੇ ਨੌਜਵਾਨਾਂ ਦੇ, ਸਿਤਾਰੀ ਵਾਲੇ ਕੱਪੜੇ ਨੌਜਵਾਨਾਂ ਦੇ, ਇਹ ਜਨਾਬ ਫੁੱਲਾਂ ਬੂਟਿਆਂ ਵਾਲੇ ਕੱਪੜੇ ਨੌਜਵਾਨਾਂ ਦੇ, ਇਹ ਜਨਾਬ ਹੁਣ ਤੇ ਨਾਲ ਦੁਪੱਟੇ ਵੀ ਚੱਲ ਗਏ ਨੇ ਨੌਜਵਾਨਾਂ ਦੇ। ਅੱਲਾਹੁ ਅਕਬਰ, ਅਜੀਬੋ ਗਰੀਬ ਕਿਸਮ ਦੇ ਕੱਪੜੇ ਤੇ ਤੰਗ ਲਿਬਾਸ, ਤੰਗ ਲਿਬਾਸ ਪਾਇਆ ਹੁੰਦਾ ਨੌਜਵਾਨਾਂ ਨੇ। ਅੱਲਾ ਜਾਣਦਾ ਹੈ ਕਈਆਂ ਨੌਜਵਾਨਾਂ ਐਡੀਆਂ ਤੰਗ ਪੈਂਟਾਂ ਪਾਈਆਂ ਹੁੰਦੀਆਂ ਨੇ, ਬੰਦਾ ਵੇਖ ਕੇ ਤਸੱਵਰ ਕਰਦਾ ਪਤਾ ਨਹੀਂ ਪੈਂਟ ਵਿੱਚ ਵੜਿਆ ਕਿਵੇਂ ਹੋਏਗਾ। ਹੈ ਕਿ ਨਹੀਂ? ਐਡੀ ਤੰਗ ਪੈਂਟ, ਇੰਝ ਲੱਗਦਾ ਵੀ ਇਹ ਇਕੱਲਾ ਨਹੀਂ, ਇਹਨੂੰ ਕੋਈ ਦੋ ਤਿੰਨ ਜਣਿਆਂ ਫੜ ਕੇ ਵਿੱਚ ਪੈਂਟ ਜਵਾ ਦੇ, ਐਡੀ ਤੰਗ ਪੈਂਟ। ਸਾਡੇ ਉਸਤਾਦ ਮੁਹਤਰਮ ਫਰਮਾਉਂਦੇ ਨੇ, ਉਹਨਾਂ ਕੋਲੋਂ ਕਿਸੇ ਨੇ ਮਸਲਾ ਪੁੱਛਿਆ, ਉਸਤਾਦ ਜੀ ਆਹ ਜਿਹੜੀ ਘੁੱਟਵੀਂ ਜੀ ਪੈਂਟ ਹੁੰਦੀ ਇਹ ਪਾ ਕੇ ਨਮਾਜ਼ ਹੋ ਜਾਂਦੀ? ਉਹਨਾਂ ਆਖਿਆ, ਪੁੱਤਰ ਜਿਹਨੇ ਪਾਈ ਹੋਵੇ ਉਹਦੀ ਖਰੇ ਹੋ ਜਾਂਦੀ ਹੋਵੇ, ਅਤੇ ਜਿਹੜਾ ਉਹਦੇ ਮਗਰ ਖੜਾ ਹੁੰਦਾ ਨਾ ਉਹਦੀ ਕੋਈ ਨਹੀਂ ਹੁੰਦੀ, ਵੀ ਉਹਦੀ ਨਮਾਜ਼ ਕਾਹਦੀ ਹੁੰਦੀ, ਉਹਦਾ ਸਾਰੀ ਨਮਾਜ਼ ਦੇ ਵਿੱਚ ਉਹਦਾ ਵਿਚਾਰੇ ਦਾ ਧਿਆਨ ਹੀ ਖਰੇ ਕਿੱਧਰ? ਏਡੇ ਗੰਦੇ ਲਿਬਾਸ, ਏਡਾ ਤੰਗ ਲਿਬਾਸ। ਅੱਲਾਹ ਅੱਲਾਹੁ ਅਕਬਰ, ਅੱਲਾ ਮੈਂ ਕੁਰਬਾਨ ਜਾਵਾਂ। ਹਜ਼ਰਤ ਜੀ ਵਕਾਰ, ਔਰਤਾਂ ਦੀਆਂ ਗੱਲਾਂ ਤੇ ਬੜੀਆਂ ਦੂਰ ਦੀਆਂ ਰਹਿ ਗਈਆਂ, ਹੁਣ ਤੇ ਮਰਦਾਂ ਦੇ ਬੜੇ ਅਜੀਬ ਲਿਬਾਸ। ਅੱਲਾਹੁ ਅਕਬਰ, ਅੱਲਾ ਐ ਕਸਮ ਰੱਬ ਦੀ ਉਠਾ ਕੇ ਕਹਿਣਾ, ਜਿੰਨੀ ਦੇਰ ਤੱਕ ਮਰਦ ਤੇ ਔਰਤ ਦਾ ਲਿਬਾਸ ਸਹੀ ਨਹੀਂ ਹੋਏਗਾ, ਮਾਸ਼ਰੇ 'ਚ ਹਯਾ ਕਦੀ ਨਹੀਂ ਆਏਗਾ, ਗੈਰਤ ਕਦੀ ਨਹੀਂ ਆਏਗੀ, ਪਹਿਲੇ ਲਿਬਾਸ ਠੀਕ ਕਰਨਾ ਪੈ। ਅੱਲਾ ਔਰ ਭਾਈ ਮੇਰੀ, ਮੈਨੂੰ ਦੱਸਿਆ ਮੇਰੇ ਦੋਸਤਾਂ ਨੇ ਕਿ ਮੇਰੀ ਮਜਲਿਸ ਦੇ ਅੰਦਰ ਮੇਰੇ ਬਰੇਲਵੀ ਭਾਈ ਕਸੀਰ ਤਾਦਾਦ ਅੰਦਰ ਆਏ, ਮੇਰੇ ਦੇਵਬੰਦੀ ਬਾਈ ਤਸ਼ਰੀਫ ਲੈ ਕੇ ਆਏ। ਤੁਸੀਂ ਸਾਡੇ ਮਹਿਮਾਨ ਹੋ, ਜ਼ਿਆਦਾ ਮੁਹਤਰਮ ਹੋ, ਲੇਕਿਨ ਮੇਰੇ ਪਿਆਰੇ ਭਾਈਓ, ਐਸਿਆਂ ਨੂੰ ਪੀਰ ਤੇ ਵਲੀ ਨਾ।
کے پھر دے. کسی نے لنگی پائی ایڈی, کسی نے نکی جی کچھی پائی, کسی نے جناب نکی جی مجلی بنی. کون ہے جی؟ پیر صاحب نے. یہ پیر تو نہیں, یہ پیڑ ہو سکتی, یہ شیطان ہو سکتا ہے, یہ ولی نہیں ہو سکتا. ادھے کپڑے لائے ادھے پائے, ادھے ادھے لا لوے, ادھا ولی سارے لا لوے, پورا ولی. یہ ولیاں کا معیار یہ ہے کہ کپڑے لائی پھر نہ بھائی نہ, کچھ عقل کرو اور ایک دیا نو پیر نہ منو. بلکہ میں تے اللہ دی قسم ایک کہنا, اپنی آنکھاں نال ویکھیا کہ پیر صاحب بیٹھے ہوندے نے, ٹول بج رہا ہوندا ہے, عورتاں نچ رہی ہوندیاں نے, سر تو دوپٹا لتھ جاندا ہے, وال کھل جاندے نے, پیراں چ دوپٹا رل جاندا. کون ہے جی؟ اے پیر صاحب دے اگے تے مریدنی مست ہوئی جاندی. اے کیا تماشا ہے؟ اے دین ہے؟ اے شریعت ہے؟ انج دے پیر ہوندے نے, انج دے بدماش ہوندے نے, انج دے بےمان ہوتے ہیں. انہیں پیر نہ آخیا کرو. اے سب بدماش شیطان دے چیلے, انج دے ولی تے انج دے پیر تے انج دے راہبر نہیں ہو سکتے. اللہ اللہ, پیر ویکھنا ہی تے آ پیر, تینوں میں وکھاواں پیر ویکھنا ہے کہ نہیں ویکھنا؟